ਜੀ ਜਿਹੜੀ ਗੱਲ ਆਪਾਂ ਵਿਦਾਂਤਮਤ ਚਰਚਾ ਦੇ ਗੱਲ ਕਰਤੀ ਉਹ ਸਵਾਲ ਪਾੜੇ ਬਣ ਸੀ ਕਿ ਵੀ ਕੇ ਉਹਨਾਂ ਦੇ ਜਨਮ ਦੇ ਪਸਤੇ ਉਹਨਾਂ ਸ਼ਹੀਦੀ ਦੇ ਪਸਤੇ ਕਿਹੜੇ ਕਿਹੜੇ ਕੰਮ ਕਰਦੇ ਜਾਂਦਾ। ਦੂਸਰਾ ਇਹ ਵੀ ਐਸਕੇ ਜਿਹੜੇ ਮਤਾਂ ਪਾਸ ਪਸਦਾ ਗਿਆ ਸੀ ਤਿੰਨ ਮੁੱਦੋ ਉਹ ਕਈ ਚੀਜ਼ਾਂ ਸਵਾਲਾਂ ਦੇ ਘੇਰੇ ਚ ਆ ਜਾਂਦੀਆਂ। ਉਹਦਾ ਤੁਹਾਨੂੰ ਕੀ ਲੱਗਦਾ ਕਿ ਅਮਲ ਹੋ ਪਾਇਆਗਾ ਪਹਿਲਾ ਪੁੱਤਾਂ ਦੀ ਕਲੀ ਕਰੀਏ ਤੇ ਅਸਰ ਕਰੀਏ। ਦੇਖੋ ਜਿਹੜੀ ਗੱਲ ਗੱਲ ਕੀਤੀ ਆ ਉਸ ਫੇਲੀ ਵਾਰਾ ਤੇ ਖੜਖੜ ਚਲਾ। ਮੁਖਮਤ ਹੁਸਾਬ ਉਹ ਦੋਵੇਂ ਥਾਂਾਂ ਤੇ ਜਾ ਰਹੇ ਨੇ। ਉਹ ਹਲਕਿਆਂ ਦੇ ਜਿਹੜੇ ਵਿਧਾਇਕ ਤੇ ਮਤਦਾਨ ਨੇ ਜਿਹੜੇ ਜਿਹੜੇ ਹਲਕਿਆਂ ਦੇ ਮੈਂਦੇ ਨੇ ਉਹ ਵੀ ਉਹਨਾਂ ਮਹਾਨ ਸ਼ਵੇਤਾਂ ਦੇ ਤਤਮਾਸਤੇ ਉੱਥੇ ਜਾ ਰਹੇ ਨੇ। ਫਿਰ ਉਹ ਇਤਰਾਜ਼ ਉੱਠਦਾ ਕਿ ਜੇਕਰ ਮਹਾਤਮਾ ਗਾਂਧੀ ਦਾ ਅੰਦਰ ਲੱਗ ਸਕਦਾ ਜਿਹਨੂੰ ਰਾਖਤ ਕੀਤਾ ਦਾ ਦਰਜਾ ਦਿੱਤਾ ਹੋਇਆ ਤਾਂ ਫਿਰ ਡਾਕਟਰ ਬੀਆਰ ਹੋਏਂ ਕਰਦਾ ਕਿਉਂ ਨਹੀਂ ਉਹ ਵੀ ਤਾਂ ਸੰਵਿਧਾਨ ਦਾ ਕਾਨੂੰਨ ਦਾ ਨਿਰਮਾਤਾ ਹੈ ਗੋਰੇ ਅੰਗਰੇਜ਼ ਤਾਂ ਚਲੇ ਗਏ ਨਾ ਜਿਨ੍ਹਾਂ ਨੂੰ ਉਹਨਾਂ ਨੇ ਆਜ਼ਾਦ ਕਰਵਾ ਲਿਆ ਦੇਸ਼ ਨੂੰ ਉਹ ਤਾਂ ਚਲੇ ਗਏ ਅੱਜ ਜੇ ਪੂਰੇ ਵਿਸ਼ਵ ਭਾਗ ਦੇ ਵਿੱਚ ਚਰਚਾ ਹੋ ਗਈ ਆ ਭਾਵੇਂ ਕਿ ਹੋਰ ਮੁਲਕਾਂ ਦੇ ਵਿੱਚ ਵੀ ਹੋਰ ਸੂਬਿਆਂ ਵਿੱਚ ਵੀ ਕ੍ਰਪਸ਼ਨ ਹੈ ਪਰ ਜਿੰਨੀ ਵੱਡੇ ਪੱਧਰ ਤੇ ਕ੍ਰਪਸ਼ਾ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਲੋਕਾਂ ਦੇ ਜਿਹੜੇ ਲੀਡਰ ਨੇ ਸਾਡੇ ਅਧਿਕਾਰੀ ਨੇ ਜਾਂ ਹੋਰ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਇੰਨੀ ਰਿਸ਼ਵਤ ਬਾੜੇ ਪੜੀ ਹੈ ਇਹ ਵੀ ਨਹੀਂ ਗੱਲ ਹੈ ਕਿ ਸਾਰੇ ਅਫਸਰ ਬੇਈਮਾਨ ਨੇ ਸਾਰੇ ਅਫਸਰ ਕ੍ਰਪਟ ਨੇ ਸਾਰੇ ਸਿਆਸੀ ਲੀਡਰ ਕ੍ਰਪਟ ਨੇ ਕੁਝ ਹੁੰਦੇ ਨੇ ਜਿਨ੍ਹਾਂ ਕਰਕੇ ਸਾਰੇ ਬਦਨਾਮ ਹੁੰਦੇ ਜਦ ਗੱਲ ਕਰਦੇ ਆ ਫਿਰ ਉਹ ਧਾਰੇ ਦੀ ਗੱਲ ਕੀਤੀ ਜਾਂਦੀ ਹੈ ਬਹੁਤ ਆਪਕਸ ਅਫਸਰ ਆਏ ਨੇ ਜਿਹੜੇ ਬਹੁਤ ਹੀ ਇਮਾਨਦਾਰ ਨੇ ਗਾਰੰਟੀ ਦੇ ਵਿੱਚ ਹੁਣ ਜੇ ਆਪਾਂ ਸਦਨ ਦੀ ਗੱਲ ਕਰੀਏ ਆਰਜੀ ਬਜਟ 37000 ਕਰਦਾ ਆਸ-ਪਾਸ ਦਾ ਤੇ ਜਾਨੀ ਕਿ ਜਿਹੜੇ ਵਿਰੋਧੀ ਧਿਰ ਦੇ ਆਤੀ ਸੀਗੇ ਪ੍ਰਪਾਲ ਚੀਮਾ ਜੀ ਕੁਝ ਮਿਹਵਾਰੀ ਬਾਰੇ ਇਹ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਮੰਤਰੀ ਖਜ਼ਾਨਾ ਸੀਗੇ ਉਹ ਖਾਦੀ ਖਜ਼ਾਨਾ ਮੰਤਰੀ ਕਿ ਬਣੇ ਜਾਂਦੇ ਸੀ ਹੁਣੇ ਖਜ਼ਾਨੇ ਚ ਪੈਸੀ ਕਿ ਤੋੜ ਕੇ ਕੀ ਦਿੱਤੀ ਹੋ ਸਕਦੀ ਹੈ ਦੇਖੋ ਜਿਹੜੇ ਜੀ ਗੱਲ ਕੀਤੀ ਆਰਪਾਲ ਸਿੰਘ ਚੀਮਾ ਜੀ ਉਹ ਹੁਣ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਨ ਅਕਸਰ ਡਿਪਾਰਟਮੈਂਟ ਮੇਰੇ ਕੋਲ ਜਿਹੜਾ ਆਪਾਂ ਕੋਆਪਰੇਟਿਵ ਡਿਪਾਰਟਮੈਂਟ ਮੇਰੇ ਕੋਲ ਬੇਸਿਕਲੀ ਜਿਹੜਾ ਸਭ ਤੋਂ ਵੱਡਾ ਡਿਪਾਰਟਮੈਂਟ ਉਹ ਹੈਗਾ ਫੈਨਾਨਾ ਪਹਿਲਾ ਮਨਪ੍ਰੀਤ ਬਾਦਲ ਉਸ ਖਜ਼ਾਨੇ ਦੇ ਪਰ ਉਹਦੇ ਹੈਡ ਟੇਕਰ ਸਨ ਹੁਣ ਹੈਗੇ ਨੇ ਹਰਪਾਲ ਸਿੰਘ ਜੀ ਦਾ ਤੇ ਕਿਤਨੇ ਕਿਤੇ ਉਹ ਜਿਹੜੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦੇ ਸੀ ਕਿਤੇ ਸਰਕਾਰ ਉਸ ਪੰਪਤਰੀ ਪਧਰੀ ਉਸ ਤੋਂ ਵੀ ਜ਼ਿਆਦਾ ਸਿੱਧੂ ਸਾਹਿਬ ਵੀ ਗੱਲ ਕਰਦੇ ਹੁੰਦੇ ਸੀ ਵੀ ਉਹਨਾਂ ਦਾ ਰੈਵਨਿਊ ਖੁੱਦ ਬੰਦੇ ਕੋਲ ਹੀ ਪਾਸੇ ਲੈ ਜੀ ਨਹੀਂ ਬਿਲਕੁਲ ਸਰਕਾਰ ਉਸ ਪਾਸੇ ਵੱਧ ਰਹੀ ਹੈ ਜਦ ਤੱਕ ਕਾਰਪੋਰੇਸ਼ਨ ਬਣਾਈ ਜਾਊਗੀ ਜਾਂ ਫਿਰ ਇਹ ਵੀ ਚਰਚਾ ਹੋ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇੱਕ ਵਾਰੀ ਜਦੋਂ ਕੈਪਟਨ ਮਰਿੰਦਰ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਕੈਪਟਨ ਮਰਿੰਦਰ ਸਿੰਘ ਨੇ ਇੱਕ ਇੱਕ ਠੇਕੇ ਦੀ ਬੋਲੀ ਕਰਵਾਈ ਇੱਕ ਇੱਕ ਠੇਕੇ ਦੇ ਬੋਲੀ ਕਰਵਾਈ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੇ ਦੋ ਉਹਦੇ ਨਾਲ ਕੀ ਹੋਇਆ ਬਹੁਤ ਸਾਰੇ ਪੰਜਾਬ ਦੇ ਠੇਕੇਦਾਰ ਪੈਦਾ ਹੋ ਗਏ ਜਾਸਟਾ ਟੀਵੀ ਦੇਖ ਰਹੇ ਦਰਸ਼ਕਾਂ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਨਿਬਰੇਟ ਅੱਜ ਆਜ਼ਾਦੀ ਦੇ ਪਰਵਾਨਿਆਂ ਦਾ ਸ਼ਹੀਦੀ ਦਿਵਸ ਹੈ ਆ ਆਦਾਰਾ ਪੰਜਾਬ ਸਟਾਰ ਟੀਵੀ ਵੱਲੋਂ ਉਹਨਾਂ ਨੂੰ ਸਾਡੇ ਵੱਲੋਂ ਨਮਨ ਹੈ ਪਰ ਅੱਜ ਗੱਲ ਹੀ ਇਸ ਤਰ੍ਹਾਂ ਕਰਾਂਗੇ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਹਮੇਸ਼ਾ ਇਨਕਲਾਬ ਜ਼ਿੰਦਾਬਾਦ ਦੀ ਗੱਲ ਕਰਦੇ ਨੇ ਤੇ ਇਨਕਲਾਬ ਦੀ ਰਾਤ ਤੇ ਚਰਦੇ ਵੀ ਨਜ਼ਰ ਆ ਰਹੇ ਨੇ ਆਉਣ ਵਾਲੇ ਦਿਨਾਂ 'ਚ ਇਨਕਲਾਬ ਕਿਤੇ ਟਿੱਕਰ ਅੰਬਲ ਚ ਲਿਆ ਪਾਉਂਦੇ ਨੇ ਜਾਂ ਆਪਣੀ ਭਾਵਨਾ ਨੂੰ ਕਿੰਨਾ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਨੇ ਤੇ ਲੋਕਾਂ ਦੀ ਉਮੀਦਾਂ ਤੇ ਕਿੰਨਾ ਖਰੇ ਉਤਰਦੇ ਨੇ ਅੱਜ ਉਹ ਹੁਸੈਨੀਵਾਲਾ ਪਹੁੰਚੇ ਹੋਏ ਨੇ ਉੱਥੇ ਅੱਜ ਭ੍ਰਸ਼ਟਾਚਾਰ ਰੋਕੂ ਇੱਕ WhatsApp ਨੰਬਰ ਵੀ ਜਾਰੀ ਕਰਨਾ ਉਹਨਾਂ ਨੇ ਅੱਜ ਇਹਨਾਂ ਤਫਸੀਲਾਂ ਹੋਰ ਵਿਸ਼ੇਸ਼ ਗੱਲਾਂ ਦੀ ਤਫਸੀਲ ਦਰਸ਼ਕਾਂ ਸਾਡੀ ਕਰਨੇ ਸਾਡੇ ਨਾਲ ਜੁੜੇ ਨੇ ਸਰਦਾਰ ਜੈ ਸਿੰਘ ਛੱਬਰ ਜੀ ਸੀਨੀਅਰ ਪੱਤਰਕਾਰ ਛੇਪਰ ਸਾਹਿਬ ਸਕਾਈ ਪੰਜਾਬ ਸਟਾਰ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਤੁਸੀਂ ਇਹ ਦੱਸੋ ਵੀ ਅੱਜ ਹੁਸੈਨੀਵਾਲ ਤੇ ਹੋਰ ਇਸ ਤਰ੍ਹਾਂ ਦੇ ਜਾਨੀ ਥਾਮਾ ਦੇ ਆਪਣਾ ਉਹਦਾ ਪ੍ਰੋਗਰਾਮ ਹੈ ਮੁੱਖ ਮੰਤਰੀ ਸਾਹਿਬ ਦਾ ਜਾਣਦਾ ਕੀ ਜਿਹੜੀ ਕੱਲ ਆਪਾਂ ਵਿਧਾਨ ਸਭਾ ਦੀ ਚਰਚਾ ਦੀ ਗੱਲ ਕੀਤੀ ਉੱਥੇ ਵੀ ਇੱਕ ਸਵਾਲ ਖੜੇ ਹੋਏ ਸੀਗੇ ਵੀ ਕਿ ਉਹਨਾਂ ਦੇ ਜਨਮ ਦਿਵਸ ਤੇ ਉਹਨਾਂ ਸ਼ਹੀਦੀ ਦਿਵਸ ਤੇ ਕਿਹੜੇ-ਕਿਹੜੇ ਕੰਮ ਕੀਤੇ ਜਾਣ ਦੂਸਰਾ ਇਹ ਵੀ ਆਇਆ ਸੀਗਾ ਕਿ ਜਿਹੜੇ ਮਤਾ ਪਾਸ ਕੀਤਾ ਗਿਆ ਸੀਗਾ ਕਿ ਤਿੰਨ ਪੁੱਤ ਲੱਗਣੇ ਉਹ ਕਈ ਚੀਜ਼ਾਂ ਸਵਾਲਾਂ ਤੇ ਘੇਰੇ ਚ ਆ ਗਈਆਂ ਨੇ ਉਹਦਾ ਤੁਹਾਨੂੰ ਕੀ ਲੱਗਦਾ ਕਿ ਅਮਲ ਹੋ ਪਾਏਗਾ ਪਹਿਲਾਂ ਪੁੱਤਾਂ ਦੀ ਗੱਲ ਕਰੀਏ ਆਪਾਂ ਜਿਹੜੇ ਅੰਦਰ ਲੱਗਰੇ ਦੇਖੋ ਜਿਹੜੀ ਗੱਲ ਤੁਸੀਂ ਕੀਤੀ ਆ ਹੁਸੈਨੀਵਾਲਾ ਤੇ ਖਟਕੜਕਲਾਂ ਦੀ ਮੁੱਖ ਮੰਤਰੀ ਸਾਹਿਬ ਉਹ ਦੋਵੇਂ ਥਾਵਾਂ ਤੇ ਜਾ ਰਹੇ ਨੇ ਉਹਨਾਂ ਹਲਕਿਆਂ ਦੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਜਿਹੜੇ ਜਿਹੜੇ ਹਲਕਿਆਂ ਦੇ ਨੁਮਾਇੰਦੇ ਨੇ ਉਹ ਵੀ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉੱਥੇ ਜਾ ਰਹੇ ਨੇ ਚੰਗੀ ਗੱਲ ਆ ਸ਼ੁਰੂਆਤ ਚੰਗੀ ਕਰ ਰਹੇ ਨੇ ਸੌ ਵੀ ਖਟਕੜ ਕਲਾਂ ਚੁੱਕੀ ਆ ਤੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਨੇ ਹੁਣ ਤੱਕ ਜਿਹੜੀਆਂ ਸਰਕਾਰਾਂ ਰਹੀਆਂ ਨੇ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਚਾਹੇ ਉਹ ਅਕਾਲੀ ਦਲ ਦੀ ਤੇ ਕਾਂਗਰਸ ਦੀ ਉਹਨਾਂ ਦੇ ਨਮਾਇंदे ਉਹਨਾਂ ਦੇ ਹਲਕਿਆਂ ਦੇ ਆਗੂ ਉੱਥੇ ਜਾਂਦੇ ਰਹੇ ਤੇ ਇਹ ਗੱਲ ਬਕਰੀ ਹੈ ਕਿ ਕੈਪਟਨ ਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਰਹੇ ਉਹ ਕਦੇ ਨਹੀਂ ਗਏ ਜਿੰਨੇ ਵੀ ਸਰਕਾਰ ਦੇ ਜਿਹੜੇ ਰਾਜਪਦਰੀ ਸਮਾਗਮ ਹੋਏ ਤੇ ਉਹਨਾਂ ਵਿੱਚ ਜਾਤਾ ਮਿੱਤ ਮੰਤਰੀ ਜਿਹੜੇ ਉਦੋਂ ਦੇ ਸਨ ਮਨਪ੍ਰੀਤ ਬਾਦਲ ਉਹ ਜਾਂ ਫਿਰ ਜਿਹੜੇ ਸਾਧੂ ਸਿੰਘ ਧਰਮਸੋਤ ਸੀਗੇ ਉਹ ਜ਼ਿਆਦਾਤਰ ਰਾਜਪ트ਰੀ ਸਮਾਗਮਾਂ ਉੱਪਰ ਜਾਂਦੇ ਰਹੇ ਮੁੱਖ ਮੰਤਰੀ ਸਾਹਿਬ ਆਪਣੇ ਸ਼ਾਹੀ ਮਹਿਲ ਤੋਂ ਘਰ ਤੋਂ ਬਾਹਰ ਘਟ ਨਿਕਲੇ ਘਾਰ ਹੀ ਬਿਠਦੇ ਹੁਣ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੱਕੇ ਤੌਰ ਤੇ ਬਿਠਾ ਦਿੱਤਾ ਜੀ ਤੇ ਇਹੀ ਗੱਲ ਅਗਲੀ ਕਈ ਵਾਰੀ ਜਿਹੜੇ ਸਾਡੇ ਨਮਾਇंदे ਆ ਅ ਮੁੱਖ ਮੰਤਰੀ ਜਾਂ ਮੰਤਰੀ ਉਹ ਜਿਹੜੀ ਉਹਨਾਂ ਦੇ ਮਨ ਦੇ ਬਲਬਲੇ ਹੁੰਦੇ ਨੇ ਜਾਂ ਮਨ ਦੀਆਂ ਜਿਹੜੀਆਂ ਵਿਚਾਰ ਧਾਰਾ ਹੁੰਦੀਆਂ ਨੇ ਜਾਂ ਜੋ ਉਹ ਕੁਝ ਕਰਨਾ ਲੋਚਦੇ ਨੇ ਉਹ ਗੱਲ ਕਹਿ ਦਿੰਦੇ ਨੇ ਵੀ ਮੈਂ ਇਹ ਗੱਲ ਕਰਾਂਗਾ ਜਾਂ ਅਸੀਂ ਕਰੇਗੀ ਸਰਕਾਰ ਕਰੇਗੀ ਪਰ ਉਹਦੇ ਵਿੱਚ ਕਿਤਨਾ ਕੀਤੇ ਜਿਹੜੀਆਂ ਕਾਨੂੰਨੀ ਅੜਚਣਾਂ ਉਹ ਹੁੰਦੀਆਂ ਉਹ ਸਾਹਮਣੇ ਨਹੀਂ ਆਉਂਦੀਆਂ ਕਈ ਵਾਰੀ ਜਿਹੜੇ ਸਾਡੇ ਨੇਤਾ ਉਹ ਤਕਨੀਕੀ ਤੌਰ ਤੇ ਗਲਤੀ ਕਰ ਬੈਠਦੇ ਨੇ ਹਾਂ ਸਰਕਾਰਾਂ ਜਿਹੜੀਆਂ ਇਹ ਨੁਕਸਾ ਉਹ ਦੂਰ ਵੀ ਕਰ ਦਿੰਦੀਆਂ ਮੈਂ ਹੁਣ ਤੁਹਾਨੂੰ ਹੁਣ ਤੱਕ ਮੈਂ ਇਹ ਗੱਲ ਜ਼ਿਕਰ ਨਹੀਂ ਤਾਂ ਕੀਤਾ ਹੈਗਾ ਜਿਸ ਦਿਨ 23 ਸੌਰੀ 16 ਤਰੀਕ ਨੂੰ ਆ ਮੁੱਖ ਮੰਤਰੀ ਸਾਹਿਬ ਨੇ ਖੜਕੜ ਘਰਾਂ ਦੇ ਵਿੱਚ ਜਾ ਕੇ ਭਗਤ ਸਿੰਘ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਸੌਂ ਚੁੱਕੀ ਉਸ ਸੌਂ ਚੁੱਕਣ ਵੇਲੇ ਇੱਕ ਇਸ਼ਤਿਹਾਰ ਹੈ ਜਿਹੜਾ ਸਾਰੇ ਅਖਬਾਰਾਂ 'ਚ ਵੀ ਗਿਆ ਬੋਰਡ ਵੀ ਲੱਗੇ ਕਿ ਪੰਜਾਬ ਦੇ ਜਿਹੜੇ ਤਣ 3 ਕਰੋੜ 3 ਕਰੋੜ ਲੋਕ ਆ ਉਹ ਵੀ ਮੁੱਖ ਮੰਤਰੀ ਜੀ ਸੋ ਚੱਕਣਗੇ ਨਾਲ ਚੱਕਣਗੇ ਨਾਲ ਚੱਕਣਗੇ ਮੈਨੂੰ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਕਨੀਕੀ ਤੇ ਕਾਨੂੰਨੀ ਗਲਤੀ ਸੀ ਕਿਉਂਕਿ ਸੂਬੇ ਦਾ ਜਿਹੜਾ ਮੁੱਖ ਮੰਤਰੀ ਇੱਕ ਹੁੰਦਾ ਮੇਰੀ ਇੱਕ ਉਸੋ ਜਿਸ ਦੇ ਨੇ ਉਹ ਇਸ਼ਤਿਹਾਰ ਸੁਪਿਆ ਇੱਕ ਜਿਹੜੇ ਕਾਨੂੰਨੀ ਮਾਹਰ ਨੇ ਵਕੀਲ ਨੇ ਉਹਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਡਿਬੇਟ ਪਰ ਜਾਂਦੇ ਰਹਿੰਦੇ ਹੋ ਤਾਂ ਇਹ ਗੱਲ ਉਹਨਾਂ ਦੀ ਵੀ ਇਹ ਗਲਤੀ ਆ ਕੱਲ ਨੂੰ ਉਹ ਮੁੱਖ ਮੰਤਰੀ ਸਾਹਿਬ ਜਦੋਂ ਉੱਥੇ ਸੌਂ ਚੁੱਕ ਰਹੇ ਤੇ ਹੋ ਸਕਦਾ ਚਾਰ ਬੰਦੇ ਖੜੇ ਹੋ ਕੇ ਇਹ ਗੱਲ ਕਹਿੰਦੇ ਕਿ ਮੈਂ ਵੀ ਮੁੱਖ ਮੰਤਰੀ ਦੀ ਅੱਜ ਸੌਂ ਚੁੱਕਦਾ ਇਹ ਕਰਾਂਗਾ ਤਾਂ ਉੱਤੇ ਸੰਵਿਧਾਨਕ ਸੰਕਟ ਮੈਨੂੰ ਲੱਗਦਾ ਖੜਾ ਹੋ ਸਕਦਾ ਸੀਗਾ ਕਿ ਰਾਜਪਾਲ ਜੀ ਨੇ ਜਿਹੜੀ ਸੌਂ ਚਕਾਈ ਆ ਜੇ ਤੁਸੀਂ ਕਿਹਾ ਖੁਦ ਚੱਕਣੇ ਤੇ ਮੈਂ ਵੀ ਚੱਕੀ ਆ ਕਿੰਨਾ ਕਿਤੇ ਧਰਮ ਸਿੰਘ ਸੰਕਟ ਖੜਾ ਭਾਵੇਂ ਕੁਝ ਨਹੀਂ ਹੋਣਾ ਉਹਨਾਂ ਦੀ ਭਾਵਨਾ ਸੀਗੀ ਜੀ ਮੇਰੇ ਨਾਲ ਉਹ ਇਹਦ ਕਰਨਾਰੇ ਲੋਕ ਜਿਹੜੇ ਪੰਜਾਬ ਨੂੰ ਜਾ ਤਾਂ ਉਹਨਾਂ ਨੂੰ ਇਹ ਗੱਲ ਕਹਿੰਦੇ ਕਿ ਅੱਜ ਜਿਹੜੇ 3 ਕਰੋੜ ਲੋਕਾਂ ਦੇ ਦੀ ਮਹਾਜਲੀ ਚ ਮੈਂ ਸੌਂ ਚੁੱਕੂੰਗਾ ਜਾਂ ਉਹ ਇਹ ਸਮਝਣ ਕਿ ਅੱਜ ਮੈਂ ਉਹਨਾਂ ਵੱਲੋਂ ਸੌਂ ਚੁੱਕ ਰਿਹਾ ਜਾਂ ਕੁਝ ਵੀ ਗੱਲ ਕਈ ਵਾਰੀ ਤੁਹਾਡੀ ਮਾੜੀ ਜਿਹੀ ਗੱਲ ਆ ਜਿਹੜੀ ਕਿਉਂਕਿ ਕਾਨੂੰਨ ਦੇ ਵਿੱਚ ਜਿਹੜੀਆਂ ਸ਼ਬਦ ਦੀ ਜਿਹੜੀ ਲਿਖਾ ਹੈ ਉਹ ਬਰੀਕੀ ਆ ਉਹ ਤੁਹਾਨੂੰ ਉਲਟ ਫੇਰ ਕਈ ਵਾਰੀ ਕਰ ਦਿੰਦੀ ਆ ਹੁਣ ਜਿੱਥੇ ਤੱਕ ਤੁਸੀਂ ਵਿਧਾਨ ਸਭਾ ਦੇ ਅੰਦਰ ਜਿਹੜੇ ਬੁੱਤ ਲਾਉਣ ਦੀ ਗੱਲ ਕੀਤੀ ਆ ਇਹ ਗੱਲ ਸਹੀ ਹੈ ਕਿ ਜਿਹੜਾ ਸਮੁੱਚਾ ਚੰਡੀਗੜ੍ਹ ਆ ਜਾਂ ਖਾਸ ਕਰਕੇ ਜਿਹੜਾ ਹਾਈ ਕੋਰਟ ਸਿਵਲ ਸਕੱਤਰੇ ਤੇ ਪੰਜਾਬ ਵਿਧਾਨ ਸਭਾ ਜਿਹੜੀਆਂ ਇਹ ਹੈਰੀਟੇਜ ਬਿਲਡਿੰਗਾਂ ਸੈਕਟਰ 17 ਦੀਆਂ ਕੁਝ ਬਿਲਡਿੰਗਾਂ ਵੀ ਹੈਰੀਟੇਜ ਬਿਲਡਿੰਗਾਂ ਜਨਾਸਕੋ ਦੇ ਅਧੀਨ ਆਉਂਦੀਆਂ ਉਹਦੇ ਵਿੱਚ ਤੁਸੀਂ ਉਹਨਾਂ ਦੀ ਜਿਹੜੀ ਬਿਲਡਿੰਗ ਆ ਉਹਨਾਂ ਕੋਈ ਛੇੜ ਛਾੜ ਨਹੀਂ ਕਰ ਸਕਦੇ ਸਕੱਤਰੇ ਦੇ ਬਾਹਰ ਜਿਹੜੇ ਅਧਿਕਾਰੀਆਂ ਨੇ ਏਸੀ ਜਾਂ ਕੂਲਰ ਲਾਏ ਹੋਏ ਤੇ ਉਹ ਵੀ ਪਿਛਲੇ ਦਿਨਾਂ ਦੇ ਦੌਰਾਨ ਉਹ ਬੰਦ ਕਰਵਾ ਦਿੱਤੇ ਗਏ ਨੇ ਹਟਵਾ ਦਿੱਤੇ ਉਹਨਾਂ ਨੇ ਲਵਾ ਕੇ ਕਿਉਂਕਿ ਉਹ ਹੈਰੀਟੇਜ ਬਿਲਡਿੰਗਾਂ ਇਦਾਂ ਹੀ ਜਦੋਂ ਕੱਲ ਇਹ ਗੱਲ ਨਿਕਲ ਕੇ ਆਈ ਤਾਂ ਕੁੱਝ ਅਖਬਾਰਾਂ ਨੇ ਇਹ ਗੱਲ ਛਾਪੀ ਵੀ ਆ ਤੇ ਇਸ ਗੱਲ ਨੂੰ ਇੱਕ ਉਹਾਰਨ ਦਾ ਯਤਨ ਵੀ ਕੀਤਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਆ ਜਿਹੜਾ ਬੁੱਤ ਨਹੀਂ ਲੱਗ ਸਕਦਾ ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਨੇ ਇੱਕ ਤਾਂ ਬੁੱਤ ਹੁੰਦਾ ਵੀ ਤੁਸੀਂ 8 ਫੁੱਟ 10 ਫੁੱਟ 20 ਫੁੱਟ 5 ਫੁੱਟ ਕਿੰਨੇ ਫੁੱਟ ਦਾ ਲਾਉਣਾ ਇੱਕ ਹੁੰਦਾ ਸੰਕੇਤ ਹੁੰਦਾ ਹੁਣ ਜੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਸ਼ਹੀਦ ਭਗਤ ਸਿੰਘ ਤੇ ਬਾਬਾ ਬੀਆਰ ਅੰਬੇਦਕਰ ਦੀ ਫੋਟੋ ਪ੍ਰਤਿਮਾ ਜਾਂ ਬੁੱਤ ਨਹੀਂ ਲੱਗੂਗਾ ਫਿਰ ਕੱਲ ਨੂੰ ਲੋਕ ਇਹ ਵੀ ਇਤਰਾਜ਼ ਕਰਨਗੇ ਕਿ ਉਸ ਵਿਧਾਨ ਸਭਾ ਦੇ ਅੰਦਰ ਇੱਕ ਛੋਟਾ ਸਟੈਚੂ ਹੈ ਜਿਹੜਾ ਬੁੱਤ ਆ ਉਹ ਸਾਡੇ ਜਿਹੜੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਵੀ ਲੱਗਿਆ ਹੋਇਆ ਹੈ ਫਿਰ 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 ਲੋਕ ਇਹ ਕਹਿਣਗੇ ਕਿ ਹਾਂ ਫਿਰ ਉਹ ਇਤਰਾਜ਼ ਉੱਠ ਸਕਦਾ ਹੈ ਕਿ ਜੇਕਰ ਮਹਾਤਮਾ ਗਾਂਧੀ ਦਾ ਅੰਦਰ ਬੁੱਤ ਲੱਗ ਸਕਦਾ ਜਿਹਨੂੰ ਰਾਸ਼ਟਰ ਪਿਤਾ ਦਾ ਦਰਜਾ ਦਿੱਤਾ ਹੋਇਆ ਹੈ ਤਾਂ ਫਿਰ ਡਾਕਟਰ ਬੀ ਆਰ ਅਵੈਦਕਰ ਦਾ ਕਿਉਂ ਨਹੀਂ ਉਹ ਵੀ ਤਾਂ ਸੰਵਿਧਾਨ ਦਾ ਕਾਨੂੰਨ ਦਾ ਨਿਰਮਾਤਾ ਹੈ ਅਪਾ ਅੱਜ ਜੇ ਕਾਨੂੰਨ ਚੱਲ ਰਿਹਾ ਹੈ ਸੰਵਿਧਾਨ ਚੱਲ ਰਿਹਾ ਉਹ ਤਾਂ ਬੀਆਰਐਮ ਉਵੇਦ ਕਰਦੇ ਲਿਖੇ ਹੋਏ ਨੂੰ ਚੱਲਦਾ ਹੈ ਤੋ ਉਹਨੂੰ ਕੌਣ ਚੈਲੰਜ ਕਰੂਗਾ ਉਹਨੂੰ ਚੈਲੰਜ ਨਹੀਂ ਕੀਤਾ ਸਾਦਾ ਇਸ ਕਰਕੇ ਜਿੰਨਾ ਕ ਸਹਜ ਦਾ ਆ ਮਹਾਤਮਾ ਗਾਂਧੀ ਦਾ ਉੱਥੇ ਸਟੈਚੂ ਲੱਗਿਆ ਬੁੱਤ ਲੱਗਿਆ ਹੋਇਆ ਉਹ ਸਾਦਾ ਉਹਨੇ ਕ ਸਹਜ ਦਾ ਜਿਹੜਾ ਅੰਦਰ ਉੱਥੇ ਲਾ ਦਿੱਤਾ ਜਾਵੇ ਉਸ ਦਾ ਮੈਨੂੰ ਲੱਗਦਾ ਕੋਈ ਬਹੁਤਾ ਵੱਡਾ ਇਤਰਾਜ਼ ਵੀ ਨਹੀਂ ਹੋਊਗਾ ਜੇ ਇਤਰਾਜ਼ ਹੋਊਗਾ ਤਾਂ ਬਹੁਤ ਵੱਡੇ ਤੇ ਜਿਹੜਾ ਬੁੱਤਾ ਉੱਥੇ ਲਾਉਣ ਤੇ ਇਤਰਾਜ਼ ਖੜਾ ਹੋ ਸਕਦਾ ਹੈ ਇਸ ਕਰਕੇ ਮੈਂ ਅਗਲੀ ਗੱਲ ਇਹ ਵੀ ਗੱਲ ਕਹਿ ਰਿਹਾ ਜਿਵੇਂ ਕਿ ਕੱਲ ਰਾਜਾ ਬੜਿੰਗਹੋਰਾ ਨੇ ਇਹ ਗੱਲ ਕਹੀ ਸੀ ਕਿ ਛੁੱਟੀ ਦਾ ਕੋਈ ਮਤਲਬ ਨਹੀਂ ਹੈਗਾ ਕਿ ਸੈਮੀਨਾਰ ਹੋਣੇ ਚਾਹੀਦੇ ਆ ਨਾਟਕ ਹੋਣੇ ਚਾਹੀਦੇ ਆ ਚਰਚਾਵਾਂ ਹੋਣੀਆਂ ਚਾਹੀਦੀਆਂ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਮੈਂ ਇਸ ਹੱਦ ਤੱਕ ਬਹੁਤ ਸਹਿਮਤਾ ਕਿਉਂਕਿ ਅਸੀਂ ਲਗਾਤਾਰ ਪਿਛਲੇ ਕਾਫੀ ਹਰਸੇ ਤੋਂ ਹੁਣ ਚਲੋ ਜਿਸ ਦਿਨ ਦਾ ਮੈਂ ਚੰਡੀਗੜ੍ਹ ਤੋਂ ਆ ਗਏ ਇਹ ਉਸ ਦਿਨ ਤੋਂ ਪਿੱਛੇ हट ਗਏ ਨਹੀਂ ਜਿੰਨੀ ਦੇਰ ਮੈਂ ਫੀਲਡ ਵਿੱਚ ਰਿਪੋਰਟਿੰਗ ਕੀਤੀ ਹੈ ਅਸੀਂ ਹਰੇਕ ਸਾਲ ਭਗਤ ਸਿੰਘ ਉਹਨਾਂ ਦੇ ਛੇਤੀ ਦਿਨ ਤੇ ਤੇ ਉਹਨਾਂ ਦੇ ਜਨਮ ਦਿਨ ਤੇ 28 ਨੂੰ ਅਸੀਂ ਲਗਾਤਾਰ ਨਾਟਕ ਕਰਾਉਂਦੇ ਰਹੇ ਮੇਰੇ ਹਲਾਕੇ ਦੇ ਲੋਕਾਂ ਨੂੰ ਸਭ ਪਤਾ ਵੀ ਇਹ ਨਾਟਕ ਕਰਾਉਂਦੇ ਰਹੇ ਸੈਮੀਨਾਰ ਕਰਵਾਉਂਦੇ ਰਹੇ ਖੁਦ ਅਸੀਂ ਨਾਟਕ ਖੇਡਦੇ ਵੀ ਰਹੇ ਆ ਪਰ ਉਦੋਂ ਚਲੋ ਸਮਾਂ ਸੀਗਾ ਜਦੋਂ ਪੜਦੇ ਸੀਗੇ ਜਾਂ ਉਸ ਸਮੇਂ ਦੀ ਗੱਲ ਹੁੰਦੀ ਆ ਹੁਣ ਇਹ ਜਿਹੜੀ ਬੁੱਤ ਲਾਉਣ ਦੀ ਗੱਲ ਆ ਚਲੋ ਠੀਕ ਆ ਕਿ ਹੁਣ ਇਹ ਭਗਤ ਅ ਹੋਰਾਂ ਦਾ ਬੁੱਤ ਲਾਉਣ ਦਾ ਭਗਵੰਤ ਮਾਨ ਉਹਨਾਂ ਦੀ ਇੱਛਾ ਸੀਗੀ ਉਹ ਲਾ ਦੇ ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਸੋਚ ਆ ਉਸ ਨੂੰ ਕਿੰਨੇ ਲੋਕ ਬਣਾਉਣ ਉਹਨਾਂ ਨੂੰ ਜਿੰਦਾ ਰੱਖਣ ਦੀ ਜ਼ਰੂਰਤ ਆ ਮੇਰੀ ਮੌਤ ਤੇ ਨਾ ਰਿਓ ਮੇਰੀ ਸੋਚ ਨੂੰ ਜਿੰਦਾ ਰੱਖਿਓ ਵਾਲੀ ਜਿਹੜੀ ਗੱਲ ਆ ਭਗਤ ਸਿੰਘ ਨਾਲ ਦੀ ਜਿਹੜੀ ਉਹਨਾਂ ਦੀ ਵਿਚਾਰਧਾਰਾ ਹੈ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਨੂੰ ਜਿੰਦਾ ਰੱਖਣ ਦੀ ਮੈਨੂੰ ਲੱਗਦਾ ਲਿਬ੍ਰੇਟ ਸਭ ਤੋਂ ਵੱਡੀ ਜ਼ਰੂਰਤ ਆ ਕਿ ਅਸੀਂ ਆਪਣੇ ਸ਼ਹੀਦਾਂ ਦੇ ਜਿਹੜੇ ਦਰਸਾਏ ਹੋਏ ਰਸਤੇ ਨੇ ਕੀ ਅਸੀਂ ਉਹਨਾਂ ਉੱਪਰ ਚੱਲਦੇ ਆ ਜਾਂ ਨਹੀਂ ਚੱਲਦੇ ਇਹ ਵੱਡੀ ਗੱਲ ਆ ਹੁਣ ਆਪਾਂ ਜੇ ਭਾਵੇਂ ਕਿ ਜਿਵੇਂ ਅਸੀਂ ਭਗਤ ਸਿੰਘ ਹੋਰਾਂ ਨੂੰ ਪੜਦੇ ਆ ਸਾਨੂੰ ਉਹਨਾਂ ਦੀ ਜਿਹੜੀ ਇਨਕਲਾਬੀ ਸੋਚ ਆ ਜਾਂ ਜਿਹੜੀ ਮਾਨਵਤਾ ਨਾਲ ਪਿਆਰ ਆ ਇਨਸਾਨੀਅਤ ਦੀ ਗੱਲ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਬਹੁਤ ਕੁਝ ਉਹ ਮਨੁੱਖ ਨੂੰ ਸੁਚੇਤ ਕਰਨ ਦੀ ਗੱਲ ਕਰਦੇ ਨੇ ਭਗਤ ਸਿੰਘ ਜੇ ਉਹਨਾਂ ਦੀ ਜੇ ਆਪਾਂ ਚਿੱਠੀਆਂ ਵੀ ਪੜਦੇ ਆ ਪਰ ਜੇ ਆਪਾਂ ਦੋ ਗੱਲਾਂ ਜਿਕਰੀਏ ਜਿਹੜੀਆਂ ਸਭ ਤੋਂ ਵੱਡੀਆਂ ਗੱਲਾਂ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਰਦੀ ਆ ਹਰ ਲੀਡਰ ਜਿਹੜੀ ਗੱਲ ਕਰਦਾ ਜਾਂ ਹਰ ਪੰਜਾਬ ਦਾ ਵਸਿੰਦਾ ਜਿਹੜਾ ਇਹ ਗੱਲ ਕਰਦਾ ਹੈ ਕਿ ਵੀ ਅਸੀਂ ਬਹੁਤ ਤੰਗਾ ਦੁਖੀਆਂ ਲੁੱਟਖੁੱਟ ਹੋਈ ਆ ਹੁਣ ਭਗਤ ਸਿੰਘ ਨੇ ਦੋ ਗੱਲਾਂ ਕੀਤੀਆਂ ਸਭ ਤੋਂ ਵੱਧ ਕੀਤੀ ਭਾਵੇਂ ਕਿ ਬਹੁਤ ਕੀਤੀਆਂ ਦੋ ਗੱਲਾਂ ਉਹਨੇ ਪ੍ਰਮੁਖਤਾ ਨਾਲ ਉਭਾਰਿਆ ਇੱਕ ਤਾਂ ਉਹਨੇ ਇਹ ਗੱਲ ਉਭਾਰਿਆ ਕਿ ਉਹ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ ਤੋਂ ਸਖਤ ਕਲਾਪ ਸੀ ਉਹ ਮਨੁੱਖ ਜਿਹੜਾ ਮਨੁੱਖ ਨੂੰ ਲੁੱਟਣ ਵਾਲਾ ਹੈ ਚਾਹੇ ਤਾਂ ਗੋਰਾ ਅੰਗਰੇਜ਼ ਹੋਵੇ ਜਾਂ ਤੇਰੇ ਮੇਰੇ ਵਰਗੇ ਕਾਲੀ ਚਮੜੀ ਵਾਲੇ ਹੋਣ ਗੋਰੇ ਅੰਗਰੇਜ਼ ਤਾਂ ਚਲੇ ਗਏ ਨਾ ਜਿਨ੍ਹਾਂ ਨੂੰ ਉਹਨਾਂ ਨੇ ਆਜ਼ਾਦ ਕਰਵਾ ਲਿਆ ਦੇਸ਼ ਨੂੰ ਉਹ ਤਾਂ ਚਲੇ ਗਏ ਨੇ ਅੱਜ ਜੇ ਪੂਰੇ ਵਿਸ਼ਵ ਭਰ ਦੇ ਵਿੱਚ ਚਰਚਾ ਹੋ ਰਹੀ ਆ ਭਾਵੇਂ ਕਿ ਹੋਰ ਮੁਲਕਾਂ ਦੇ ਵਿੱਚ ਵੀ ਹੋਰ ਸੂਬਿਆਂ ਵਿੱਚ ਵੀ ਕ੍ਰਪਸ਼ਨ ਹੈ ਪਰ ਜਿੰਨੀ ਵੱਡੇ ਪੱਧਰ ਤੇ ਕ੍ਰਪਸ਼ਨ ਪੰਜਾਬ ਦੇ ਵਿੱਚ ਫੈਲੀ ਹੋਈ ਆ ਲੋਕਾਂ ਦੇ ਜਿਹੜੇ ਲੀਡਰ ਨੇ ਸਾਡੇ ਅਧਿਕਾਰੀ ਨੇ ਜਾਂ ਹੋਰ ਲੋਕ ਨੇ ਉਹਨਾਂ ਦੇ ਇੱਕ ਮਨਾਂ ਦੇ ਵਿੱਚ ਇੰਨੀ ਰਿਸ਼ਵਤ ਵੜ ਗਈ। ਇਹ ਵੀ ਨਹੀਂ ਗੱਲ ਹੈਗੀ ਕਿ ਸਾਰੇ ਅਫਸਰ ਬੇਈਮਾਨ ਨੇ। ਸਾਰੇ ਅਫਸਰ ਕਰਪਟ ਨੇ, ਸਾਰੇ ਸਿਆਸੀ ਲੀਡਰ ਕਰਪਟ ਨੇ। ਕੁਝ ਹੁੰਦੇ ਨੇ ਜਿਨ੍ਹਾਂ ਕਰਕੇ ਸਾਰੇ ਬਦਨਾਮ ਹੁੰਦੇ ਆ ਜਦ ਗੱਲ ਕਰਦੇ ਆ ਫਿਰ ਉਹ ਧਾਇਰੇ ਦੀ ਗੱਲ ਕੀਤੀ ਜਾਂਦੇ ਆ। ਬਹੁਤ ਆ ਪੁਲਿਸ ਅਫਸਰ ਆਏ ਨੇ ਜਿਹੜੇ ਬਹੁਤ ਹੀ ਇਮਾਨਦਾਰ ਨੇ। ਕਈ ਪੁਲਿਸ ਅਫਸਰ ਆਏ ਤੇ ਜਿਹੜੇ ਪੈਸੇ ਤੇ ਵਕਤ ਗੱਲੇ ਨਹੀਂ ਕਰਦੇ, ਉਹ ਕੋਈ ਰਿਸ਼ਤਿਆਂ ਨੂੰ ਨਹੀਂ ਦੇਖਦੇ। ਰਿਸ਼ਤੇ ਮੈਨਾਂ ਉਹਨਾਂ ਵਾਸਤੇ ਕੋਈ ਮੈਨਾਂ ਨਹੀਂ ਰੱਖਦੇ। ਪਰ ਗੱਲ ਇਹ ਹੈ ਕਿ ਜਿਹੜੀ ਲੁੱਟ ਮਨੁੱਖ ਦੀ ਲੁੱਟ ਹੁੰਦੀ ਆ ਉਹਨੂੰ ਰੋਕਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਤ ਸਿੰਘ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਕੀ ਯਤਨ ਕਰਦੀ ਆ ਹੁਣ ਗੱਲਾਂ ਚੱਲ ਰਹੀਆਂ ਕਿ ਉਹਨਾਂ ਨੇ WhatsApp ਨੰਬਰ ਆ ਜਿਹੜਾ ਉਹ ਜਾਰੀ ਕਰਤਾ ਕਿ ਜੇ ਕੋਈ ਕਿਸੇ ਨੂੰ ਕ੍ਰਾਪਸ਼ਨ ਮਿਲਦੀ ਆ ਤਾਂ ਉਹਨਾਂ ਨੂੰ ਦੱਸੋ ਹੁਣ ਇਹਦੇ ਪਰ ਵੀ ਕਈ ਬੰਦੇ ਵਿਵਾਦ ਖੜਾ ਕਰਦੇ ਆ ਕਿ ਜਾਂ ਕੁਝ ਜੂਨੀਅਨ ਵਾਲੇ ਗੱਲਾਂ ਕਹਿ ਰਹੇ ਆ ਕਿ ਨੰਬਰ ਤਾਂ ਪਹਿਲਾਂ ਵੀ ਜਾਰੀ ਕੀਤੇ ਹੋਏ ਆ ਸਰਕਾਰਾਂ ਨੇ ਨੰਬਰ ਜਾਰੀ ਕਰਦੀਆਂ ਆ ਕਿ ਉਹਦਾ ਕਿੰਨਾ ਕਸਰ ਹਾਂ ਹੁਣ ਹੁਣ ਜਿਹੜੀ ਵਿਜੀਲੈਂਸ ਆ ਉਨੇ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈ WhatsApp ਨੰਬਰ ਵੀ ਜਾਰੀ ਕੀਤਾ ਈਮੇਲ ਵੀ ਕੀਤੀਆਂ ਹੁਣ ਤਾਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਹੋਰਾਂ ਨੂੰ ਸਭ ਤੋਂ ਪਹਿਲਾਂ ਪਹਿਲਾਂ ਬਿਜਲੀਅੰਸ ਵਾਲਿਆਂ ਨੂੰ ਇਹ ਪੁੱਛਣਾ ਚਾਹੀਦਾ ਸੀਗਾ ਕਿ ਤੁਹਾਡੇ ਟੋਲ ਫਰੀ ਨੰਬਰ ਪਰ ਕਿੰਨੀਆਂ ਸ਼ਿਕਾਇਤਾਂ ਆਈਆਂ ਤੁਸੀਂ ਕਿੰਨਾ ਅਮਲ ਕੀਤਾ ਕਿੰਨੀ ਤੁਸੀਂ ਕਾਰਵਾਈ ਕੀਤੀ ਆ ਮੈਂ ਥੋੜੀ ਗੱਲ ਐਡ ਕਰਦਾ ਵੀ ਪਿਛਲੇ 3 ਸਾਲਾਂ ਦਾ ਰਕਾੰਕੜੇ ਦੇਖੀ ਤਾਂ 150 ਦੇ ਕਰੀਬ ਉਹਨਾਂ ਕੋਲੇ ਸ਼ਿਕਾਇਤਾਂ ਆਈਆਂ ਉਹਦੇ ਚੋਂ ਜਾਨੀ ਕਿ ਤੁਸੀਂ ਲਾਓ ਵੀ 10% ਵੀ ਇਹਨਾਂ ਨੇ ਨਤੀਜੇ ਤੱਕ ਨਹੀਂ ਪਹੁੰਚਿਆ। ਵਿਜੀਲੈਂਸ ਮੈਂ ਤਾਂ ਇਹ ਜੱਸਦਾ ਮੈਨੂੰ ਕੁਝ ਨਿੱਜੀ ਸ਼ਿਕਾਇਤਾਂ ਦਾ ਜਿਹੜਾ అనుభవ ਹੈਗਾ ਜਿਹੜੀਆਂ ਕੀਤੀਆਂ ਜਾਂਦੀਆਂ ਕਿਸੇ ਬੰਦਿਆਂ ਨੇ ਕੀਤੀਆਂ ਆ ਜਾਂ ਆਪਾਂ ਦੇ ਰਾਈ ਵੀ ਆਈਆਂ ਜਿਨ੍ਹਾਂ ਦੇ ਪੂਰੇ ਤੱਥਾਂ ਤੇ ਸਵੇਤ ਸਬੂਤ ਦਿੱਤੇ ਗਏ ਵੀ ਆਹ ਦੇਖੋ ਜੀ ਆਹ ਸਬੂਤ ਹੈ ਜੀ। ਵਿਜੀਲੈਂਸ ਜਿਹੜੀ ਜਿਵੇਂ ਕਿਹਾ ਜਾਂਦਾ ਵੀ ਸੀਬੀਆਈ, ਈਡੀ ਹੋਰ ਜਿਹੜੀਆਂ ਏਜੰਸੀਆਂ ਉਹ ਕਹਿੰਦੇ ਸਰਕਾਰ ਦੀ ਹੱਥ ਟੁੱਕਾ ਬਣੀਆ ਸੇਮ ਇੱਥੇ ਜਿਹੜੀ ਵਿਜੀਲੈਂਸ ਆ ਉਹ ਸਟੇਟ ਸਰਕਾਰ ਦੀ ਹੱਥ ਟੋਕਾ ਬਣੀ ਹੋਇਆ ਜਿੱਥੇ ਦਾ ਜਿੱਥੇ ਸਰਕਾਰ ਦੀ ਅਫਸਰ ਜਿਹੜੀ ਉੱਪਰ ਮੰਤਰੀ ਦੀ ਮੁੱਖ ਮੰਤਰੀ ਦੀ ਇੱਛਾ ਹੈ ਉੱਥੇ ਤਾਂ ਇਹ ਉਹਨੂੰ ਬੰਦੇ ਨੂੰ ਟੰਗਣ ਵਾਸਤੇ 1 ਮਿੰਟ ਲਾਉਂਦੇ ਆ ਅਧਿਕਾਰੀ ਸਾਰਾ ਕੁਝ ਕੱਢ ਲੈਂਦੇ ਆ ਜਿੱਥੇ ਇਹਨਾਂ ਨੇ ਨਹੀਂ ਕਰਨਾ ਉੱਥੇ ਤੁਸੀਂ ਚਾਹੇ ਟੋਕਰਾ ਭਰ ਕੇ ਸਬੂਤਾਂ ਦਾ ਦੇ ਦਿਓ ਉੱਥੇ ਇਹਨਾਂ ਨੇ ਕੁਝ ਨਹੀਂ ਕਰਨਾ ਉੱਥੇ ਇਹ ਗੱਲ ਕਹਿੰਦੇ ਜੀ ਇਹ ਉਹਨਾਂ ਦੇ ਡਿਪਾਰਟਮੈਂਟ ਦਾ ਮਸਲਾ ਹੈ ਉਹ ਇੱਕ ਚਿੱਠੀ ਲਿਖਦੇ ਆ ਤੁਹਾਡੀ ਸ਼ਿਕਾਇਤ ਤੁਸੀਂ ਤੱਥਾਂ ਸਵੇਰ ਦੋਗੇ ਉਹਨਾਂ ਨੇ ਇੱਕ ਡੀਓ ਲੈਟਰ ਲਿਖਣਾ ਕਿ ਸਾਨੂੰ ਫਲਾਣਾ ਸਿੰਘ ਫਲਾਣਾ ਸਿੰਘ ਦੀ ਇਹ ਪੱਤਰ ਪ੍ਰਾਪਤ ਹੋਇਆ ਮੂਲ ਰੂਪ ਵਿੱਚ ਤੁਹਾਨੂੰ ਭੇਜ ਕੇ ਲਿਖਿਆ ਜਾਂਦਾ ਕਿ ਇਹਦੇ ਪਰ ਕਾਰਵਾਈ ਕਰੋ ਤੇ ਸਾਨੂੰ ਦੱਸੋ ਬਸ ਸਮਝ ਲਓ ਜੇ ਤੁਸੀਂ ਇਹ ਲਿਖਤਾ ਉਹ ਤੁਹਾਡੀ ਸਰਕਾਰ ਜਿਹੜੀ ਸ਼ਿਕਾਇਤ ਆ ਉਹ ਸਰਕਾਰ ਵਿੱਚ ਕੋਈ ਸੁਣੀ ਨਹੀਂ ਜਾਣੀ ਉਹ ਆਈ ਗਈ ਚਲੇ ਗਏ ਉਹ ਠੰਡੇ ਵਸਤੇ ਦੇ ਵਿੱਚ ਪਾ ਦੇਣੀ ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਇਦਾਂ ਹੀ ਹੋਈਆਂ ਫਿਰ ਅਗਲੀ ਗੱਲ ਹਰੇਕ ਡਿਪਾਰਟਮੈਂਟ ਦੀ ਆਪਣਾ ਇੱਕ ਵਿਜੀਲੈਂਸ ਸੈੱਲ ਬਣਿਆ ਹੋਇਆ ਹੈ ਜੀ ਹਰੇਕ ਡਿਪਾਰਟਮੈਂਟ ਦਾ ਜਿ ਜਿਹਦੇ ਵਿੱਚ ਕੋਈ ਸ਼ਿਕਾਇਤਾਂ ਹੋਣੀਆਂ ਜਾਂ ਕੋਈ ਆਉਂਦੀਆਂ ਉਹਨਾਂ ਵਿਜੀਲੈਂਸ ਸੈੱਲ ਨੇ ਉਹ ਕਰਨੀਆਂ ਭਗਵੰਤ ਮਾਲ ਜੀ ਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਉਸ ਡਿਪਾਰਟਮੈਂਟਾਂ ਦੇ ਜਿਹੜੇ ਵਿਜੀਲੈਂਸ ਸੈੱਲਾਂ ਦੇ ਮੁਖੀ ਆ ਜਾਂ ਅਫਸਰਾਂ ਨੂੰ ਹੈੱਡ ਲਾਇਆ ਹੋਇਆ ਹੈ ਕਿ ਤੁਸੀਂ ਦੱਸੋ ਪਿਛਲੇ 5 ਸਾਲਾਂ ਦੇ ਵਿੱਚ ਤੁਹਾਡੇ ਕੋਲ ਕਿੰਨੀਆਂ ਸ਼ਿਕਾਇਤਾਂ ਆਈਆਂ ਕਿੰਨੀਆਂ ਪਰ ਤੁਸੀਂ ਕਾਰਵਾਈ ਕੀਤੀ ਕਿੰਨੀਆਂ ਤੁਹਾਡੀਆਂ ਇਨਕੁਆਰੀਆਂ ਪੈਂਡਿੰਗ ਚੱਲਦੀਆਂ ਕਿੱਥੇ ਕੀ ਕੀ ਹੁੰਦਾ ਉਹੀ ਮੰਗਾ ਕੇ ਉਹਨਾਂ ਪਰੇ ਅਮਲ ਕਰ ਦੋਵੇ ਮੈਨੂੰ ਲੱਗਦਾ ਬਹੁਤ ਹੱਦ ਤੱਕ ਗੱਲ ਹੈ ਜਿਹੜੀ ਸ਼ੁਰੂ ਹੋ ਜਾਣੀ ਹੁਣ ਇਹ ਨੰਬਰ ਜੇ ਉਹਨਾਂ ਨੇ ਲੇ ਵੀ ਲਿਆ ਤਾ ਨੰਬਰ ਪਰ ਦੇਖੇ ਟੜਾ ਟੜਸ ਸ਼ਿਕਾਇਤਾਂ ਹੋਣੀਆਂ ਫਿਰ ਕਿਤੇ ਇਹ ਨਾ ਕਹਦੇ ਵੀ ਮੇਰੀ ਤਾਂ ਜੀ ਰੋਜ਼ ਜਿਹੜੀ ਵਟਸਐਪ ਦੀ ਮੈਮਰੀ ਫੁੱਲ ਹੋ ਜਾਂਦੀ ਆ ਲੋਕ ਬਹੁਤ ਦੁਖੀ ਹੋਏ ਹੋਏ ਨੇ ਲੋਕ ਬਹੁਤ ਅੱਕੇ ਹੋਏ ਨੇ ਲੋਕਾਂ ਨੇ ਹਰ ਸ਼ਿਕਾਇਤ ਆ ਜਿਹੜੀ ਉਸ ਨੰਬਰ ਪਰ ਕਰਨੀ ਆ ਗੱਲ ਤਾਂ ਇਹ ਆ ਕਿ ਉਹਦੇ ਪਰ ਤੁਸੀਂ ਇੰਪਲੀਮੈਂਟ ਕਿਵੇਂ ਕਰਦੇ ਆ ਆਮਲ ਕਿਵੇਂ ਕਰਦੇ ਆ ਵਿਜੀਲੈਂਸ ਨੂੰ ਆਪਣੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਆ ਹੁਣ ਮੈਂ ਤੁਹਾਨੂੰ ਇੱਕ ਦੱਸਦਾ ਕਿ ਵਿਜੀਲੈਂਸ ਨੂੰ ਅੱਜ ਦੇ 5 3 ਸਾਲ ਪਹਿਲਾਂ ਇੱਕ ਸ਼ਿਕਾਇਤ ਮਰਿੰਡੇ ਤੋਂ ਆਈ ਸੀਗੀ ਨਗਰ ਕੌਂਸਲ ਮਰਿੰਡੇ ਦੇ ਇੱਕ ਈਓ ਨੇ ਜਿਹੜਾ ਕਈ ਆ ਮਾਮਲੇ ਚ ਫਸਿਆ ਹੋਇਆ ਹੈ ਤੈਨੂੰ ਚਾਰਜ ਸ਼ੀਟ ਵੀ ਕਰ ਦਿੱਤਾ ਗਿਆ ਹੈ ਲੋਕਲ ਬਾਡੀ ਡਿਪਾਰਟਮੈਂਟ ਨੇ ਉਹਨੂੰ ਚਾਰਜ ਸ਼ੀਟ ਵੀ ਕੀਤਾ ਹੋਇਆ ਤੇ ਉਹਨੇ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਇੱਕ ਜਿਹੜਾ ਉੱਥੇ ਡਿਲੀਵਰੀ ਦੇ ਦਾ ਮਲਾਜ਼ਮ ਤਾਂ ਉਹਦੇ ਨਾਂ 'ਤੇ ਰੱਖੀਆਂ ਹੋਈਆਂ ᱛੀਆਂ ਉਹਦੀ ਆਰ ਸੀ ਸਬੂਤਾ ਸਮੇਤ ਸਾਰਾ ਕੁਝ ਵਿਜੀਲੈਂਸ ਨੂੰ ਦਿੱਤਾ ਕੀ ਕੀਤਾ ਵਿਜੀਲੈਂਸ ਨੇ 3 ਸਾਲਾਂ ਚ ਉਹ ਵਾਲੇ ਨੇ ਕਿਹਾ ਕਿ ਹਾਂ ਜ਼ੀਰੋ ਹਾਂ ਜ਼ੀਰੋ ਆ ਅਲਾ ਕਹਿੰਦਾ ਜੀ ਸਾਡੇ ਕੋਲ ਤਾਂ ਸਪਾਰਸ ਆ ਜੀ ਇਹ ਉੱਥੇ ਅਲयंस ਪਾਰਟੀਆਂ ਸਿੱਤੀ ਪੈਸੇ ਦਿੱਤੇ ਅਲयंस ਨੇ ਕੰਮ ਰੁਕਵਾ ਦਿੱਤਾ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਵੀ ਜਦੋਂ ਤੁਸੀਂ ਵੱਡੇ ਪੱਧਰ ਤੇ ਦੇਖੋ ਜਿਵੇਂ ਭਗਵਾਨਤ ਮਾਨ ਹੋਰ ਨੇ ਗੱਲ ਸ਼ੁਰੂ ਸ਼ੁਰੂਆਤ ਕੀਤੀ ਆ ਸਾਨੂੰ ਪਹਿਲੇ ਦਿਨੇ ਉਹਨਾਂ ਦੀ ਜਿਹੜੀ ਕਾਰਵਾਈ ਪਰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਸਾਨੂੰ ਘੱਟੋ ਘੱਟ 6 ਮਹੀਨੇ ਦੇਖਣਾ ਚਾਹੀਦਾ ਸਮਾਂ ਦੇਣਾ ਚਾਹੀਦਾ 70 ਸਾਲ ਤੋਂ ਤਾਣੀ ਹੈ ਜਿਹੜੀ ਉਲਝੀ ਹੋਈ ਆ ਕਿ ਉਹ 6 ਮਹੀਨਿਆਂ ਚ ਕੀ ਕਰਦੇ ਆ ਜਦੋਂ ਤੁਸੀਂ ਉੱਪਰ ਤੇ ਆਪਣੇ ਸਾਫ਼ ਸੰਕੇਤ ਦਿੰਦੇ ਹੈ ਅਧਿਕਾਰੀਆਂ ਨੂੰ ਸਪਸ਼ਟ ਹੁਕਮ ਦਿੰਦੇ ਆ ਕਿ ਮੈਂ ਇਹ ਨਹੀਂ ਕਰਨਾ ਤਾਂ ਮੈਨੂੰ ਲੱਗਦਾ ਥੱਲੜੇ ਪੱਧਰ ਪਰ ਸਾਰਾ ਕੁਝ ਹੋ ਜਾਂਦਾ ਜੇ ਮੁੱਖ ਸਕੱਤਾਂ ਨੂੰ ਮੁੱਖ ਮੰਤਰੀ ਸਾਹਿਬ ਕਹਿ ਦੇਣ ਕਿ ਆਪਣੇ ਅਧਿਕਾਰੀਆਂ ਨੂੰ ਸੰਕੇਤ ਦੇ ਦਿਓ ਸਪਸ਼ਟ ਸੰਕੇਤ ਦੇ ਦਿਓ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਜੇ ਹਲਕੇ ਦੇ ਵਿੱਚ ਜਾਵਾਂ ਕਿਤੇ ਜਾਵਾਂ ਮੈਨੂੰ ਜਿਹੜਾ ਗੁਲਦਸਤ ਹੈ ਉਹ ਵੀ ਨਾ ਦਿੱਤਾ ਜਾਵੇ ਕਿਉਂਕਿ ਜਦ ਗੁਲਦਸਤਾ ਸ਼ੁਰੂ ਹੋ ਜਾਂਦਾ ਫਿਰ ਗੁਲਦਸਤਾ ਲੈ ਕੇ ਕੌਣ ਆਊਗਾ ਫੇਜਲੀ ਉੱਥੇ ਚਾਹ ਪਲਾਈ ਜਾਣੀ ਆ ਉਹ ਕੌਣ ਲਾਊਗਾ ਫਿਰ ਜਿਹੜਾ ਟੈਂਟ ਲੱਗਣਾ ਹੈ ਉਹ ਕਿੱਥੋਂ ਲਗੋਗੇ ਜਦੋਂ ਫਿਰ ਜ਼ਿੰਮੇਵਾਰੀ ਲੱਗਦੀ ਹੈ ਨਾ ਵੀ ਟੈਂਟ ਦੀ ਜ਼ਿੰਮੇਵਾਰੀ ਐਕਸਾਈਜ਼ ਡਿਪਾਰਟਮੈਂਟ ਨੂੰ ਦੇ ਦਿਓ ਚਾਹ ਪਾਣੀ ਦਾ ਜਿਹੜਾ ਖਰਚਾ ਹੈ ਉਹ ਕਰ ਤੇ ਸੌਰੀ ਖਾਣੇ ਤੇ ਸਿਵਲ ਸਪਲਾਈ ਵਿਭਾਗ ਵਾਲਿਆਂ ਨੂੰ ਸੌਂਪ ਦਿਓ ਦੇ ਫਲਾਣਾ ਕੰਮ ਹੈ ਜਿਹੜਾ ਜੰਗਲਾਤ ਵਾਲਿਆਂ ਨੂੰ ਵਿਖਾ ਦਿਓ ਪਰ ਜਿਹੜੇ ਉਹ ਵਿਭਾਗਾਂ ਦੇ ਹੈੱਡ ਹਨਾ ਫਿਰ ਜਦ ਲੱਗੂ ਆਉਣੇ ਆ ਨਹੀਂ ਨਹੀਂ ਜਦੋਂ ਲੱਡੂ ਲੈ ਕੇ ਆਉਣੇ ਆ ਬਰਫੀ ਲੈ ਕੇ ਆਉਣੀ ਆ ਫਿਰ ਜਿਹੜਾ ਖਾਣੇ ਤੇ ਸਿਵਲ ਸਪਲਾਈ ਵਿਭਾਗ ਦਾ ਮੰਤਰੀ ਆ ਜਾ ਸਿਹਤ ਵਿਭਾਗ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਸੈਂਪਲ ਲੈਂਦੇ ਆ ਸਿਹਤ ਵਿਭਾਗ ਵਾਲੇ ਉਹ ਫਿਰ ਹਲਵਾਈ ਦੀ ਦੁਕਾਨ ਪਰ ਜਾ ਕੇ ਉਹ ਕਹਣਗੇ ਜੀ 2 ਕਿਲੋ ਆਲੂ ਸੋਰੀ 2 ਕਿਲੋ ਗਲਾਬ ਜਮਾ ਪਾ ਦਿਓ 2 ਕਿਲੋ ਬਰਫੀ ਪਾ ਦਿਓ ਫਲਾਣਾ ਪਾ ਦਿਓ ਇਹ ਕਹ ਤੋ ਫਿਰ ਆਲਾ ਨੇ ਤਾਂ ਪਾਇਆ ਕਰਕੇ ਦੇ ਦੇਣੀ ਜੀ ਤੁਹਾਨੂੰ ਜੀ ਇੱਥੇ ਤਾਂ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਤੇ ਮੰਤਰੀਆਂ ਨੂੰ ਤੇ ਵਿਧਾਇਕਾਂ ਨੂੰ ਇਹ ਸਪਸ਼ਟ ਸੰਕੇਤ ਕਰਨਾ ਚਾਹੀਦਾ ਹੈ ਕਿ ਸਾਡੇ ਉੱਥੇ ਆਏ ਤੇ ਵੀ ਅਜੇ ਕੋਈ ਪ੍ਰਬੰਧਨਾ ਕੀਤਾ ਜਾਵੇ ਇਹ ਪ੍ਰਬੰਧ ਕਰਨਾ ਵੀ ਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਉਨਾਂ ਕਾ ਜਿਹੜਾ ਬਸਟਾ ਉਹ ਜਰੂਰ ਦੇਣਾ ਚਾਹੀਦਾ ਹੈ ਕਿ ਤੁਸੀਂ ਆਓ ਭਗਤ ਵਾਸਤੇ ਜਿਵੇਂ ਪਰਹੋਣਚਾਰੀ ਵਾਸਤੇ ਹਸਪੀਟੈਲਿਟੀ ਦਾ ਡਿਪਾਰਟਮੈਂਟ ਆ ਉਹ ਮੰਤਰੀਆਂ ਨੂੰ ਵਿਧਾਇਕਾਂ ਨੂੰ ਫੰਡ ਮਿਲਦਾ ਹੈ ਚਾਹ ਪਾਣੀ ਵਾਸਤੇ ਆਉਪਾਗਤ ਵਾਸਤੇ ਮਿਲਦਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉੰਨਾ ਕ ਫੰਡ ਮਿਲਣਾ ਚਾਹੀਦਾ ਹੈ ਕਿ ਘਟੋ ਘਟ ਜਿਹੜੀ ਉਹ ਚਾਹ ਪਾਣੀ ਆਏ ਗਏ ਨੂੰ ਪਲਾਉਣ ਵਾਸਤੇ ਉਹ ਉਸ ਸਰਕਾਰੀ ਖਾਤੇ 'ਚ ਪਲਾਉਣ ਨਾ ਕਿ ਦੂਜੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਠੰਗ ਮਾਰਨ। ਹਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਫੰਡ ਤਾਂ ਹੁੰਦਾ ਵੀ ਹੈ ਪਰ ਇਹ ਥੋੜਾ ਜ਼ਿਆਦਾ ਕਰਨ ਦੇ ਚੱਕਰ ਦੇ ਵਿੱਚ ਭ੍ਰਸ਼ਟਾਚਾਰ ਨੂੰ ਉਹਦਾ ਬੀਸ ਬਣਾ ਕੇ ਚੱਲ ਪੈਂਦੇ। ਹੁਣ ਜੇ ਆਪਾਂ ਗੱਲ ਕਰੀਏ ਵੀ ਮੈਂ ਜਦੋਂ ਇਹ ਚੋਣਾਂ ਹੋ ਰਹੀਆਂ ਸੀਗੀਆਂ ਆਪਾਪੀ ਪਾਰਟੀ ਨੇ ਸਿਰਫ ਗਰੰਟੀਆਂ ਦਿੱਤੀਆਂ। ਗਰੰਟੀ ਦੇ ਵਿੱਚ ਹੁਣ ਜੇ ਆਪਾਂ ਸਦਨ ਦੀ ਗੱਲ ਕਰੀਏ ਆਰਜੀ ਵੱਟ ਬਜਟ 37000 ਕਰੋੜ ਦਾ ਪਾਸ ਕਰ ਦਿੱਤਾ ਤੇ ਜਾਨੀ ਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਸੀਗੇ ਹਰਪਾਲ ਚੀਮਾ ਜੀ ਉਹ ਜ਼ਿੰਮੇਵਾਰੀ ਦੇ ਦਿੱਤੀ ਕਿ ਤੁਹਾਨੂੰ ਲੱਗਦਾ ਵੀ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹ ਖਾਲੀ ਖਜ਼ਾਨਾ ਮੰਤਰੀ ਬਣੇ ਜਾਂਦੇ ਸੀ ਹੁਣ ਇਹ ਖਜ਼ਾਨੇ ਚ ਪਏ ਸੀ ਕਿਥੋਂ ਆਣਗੇ ਕੀ ਨੀਤੀ ਹੋ ਸਕਦੀ ਇਹਨਾਂ ਦੇ ਦੇਖੋ ਜਿਹੜੇ ਤੁਸੀਂ ਗੱਲ ਕੀਤੀ ਆ ਹਰਪਾਲ ਸਿੰਘ ਚੀਮਾ ਜੀ ਉਹ ਹੁਣ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ ਆਕਸਾਈਜ ਡਿਪਾਰਟਮੈਂਟ ਵੀ ਉਹਨਾਂ ਕੋਲ ਜਿਹੜਾ ਆਪਣਾ ਕੋਆਪਰੇਟਿਵ ਡਿਪਾਰਟਮੈਂਟ ਵੀ ਉਹਨਾਂ ਕੋਲ ਹੈ ਬੇਸਿਕਲੀ ਜਿਹੜਾ ਸਭ ਤੋਂ ਵੱਡਾ ਡਿਪਾਰਟਮੈਂਟ ਹੋਇ ਉਹ ਹੈਗਾ ਫਾਈਨਾਂਸ ਪਹਿਲਾ ਮਾਨਯਪ੍ਰੀਤ ਬਾਦਲ ਉਸ ਖਜ਼ਾਨੇ ਦੇ ਪਰ ਉਹਦੇ ਫੇਰ ਟੇਕਰਸ ਹੁਣ ਹੈਗੇ ਨੇ ਹਰਪਾਲ ਸਿੰਘ ਚੀਮਾ ਜਿਹੜਾ ਦੇਖੋ 3 ਮਹੀਨਿਆਂ ਦਾ ਇਹ ਇੱਕ ਸਿਸਟਮ ਪਹਿਲੀ ਘੜੀ ਤੇ ਚੱਲਦਾ ਆ ਰਿਹਾ ਜਦੋਂ ਤੋਂ ਮੈਂ ਦੇਖਦਾ ਕਿਉਂਕਿ ਜਦੋਂ ਵੀ ਚੋਣਾਂ ਹੁੰਦੀਆਂ ਪੰਜਾਬ ਦੇ ਵਿੱਚ ਉਹ ਫਰਵਰੀ ਦੇ ਨੇੜੇ ਤੇੜੇ ਹੁੰਦੀਆਂ ਉਹ ਪਹਿਲਾ 3 ਮਹੀਨਿਆਂ ਦਾ ਜਿਹੜਾ ਵੋਟ ਆਫ ਅਕਾਊਂਟ ਆਉਂਦਾ ਉਹ ਹੁਣ ਖਰਚੇ ਆ ਜਿਹੜੇ 3 ਮਹੀਨੇ ਦੇ April, May, June ਦੇ ਉਹ ਆ ਜਿਹੜਾ ਵਿਧਾਨ ਸਭਾ ਨੇ ਪਾਸ ਕਰਤੇ 37000 ਕਰੋੜ ਤੋਂ ਕੁਝ ਉੱਪਰ ਦਾ ਤੇ ਉਹ ਖਰਚੇ ਆ ਜਿਹੜੇ ਉਹ ਜ਼ਰੂਰੀ ਆ ਵਿਧਾਨ ਸਭਾ ਦੇ ਵਿੱਚੋਂ ਪਾਸ ਕਰਵਾਉਣੇ ਹੁਣ ਅਗਲਾ ਬਜਟ ਆ ਜਿਹੜਾ ਸਰਕਾਰ ਕਿਵੇਂ ਪੇਸ਼ ਕਰਦੀ ਆ ਜਿਹੜੀਆਂ-ਜਿਹੜੀਆਂ ਜਿਹੜਾ ਉਹਨਾਂ ਨੇ ਗਰੰਟੀਆਂ ਦਿੱਤੀਆਂ ਜਿਹੜੀਆਂ ਤੁਸੀਂ ਕਹਿਆ ਵੀ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕਿਵੇਂ ਕਰਦੀ ਆ ਕਿੱਥੋਂ ਫੰਡ ਆਉਂਦੀ ਆ ਕਿਹੜੇ ਸਾਧਨ ਜਟਾਉਂਦੀ ਆ ਉਹ ਦੇਖਣ ਵਾਲੀ ਗੱਲ ਹੋਊਗੀ ਫਿਲਹਾਲ ਜਿਹੜੀ ਸ਼ੁਰੂਤੀ ਜਿਹੜੀਆਂ ਗੱਲਾਂ ਦੇ ਵਿੱਚ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿਹਾ ਉਹਨਾਂ ਨੇ ਇਹੀ ਕਿਹਾ ਕਿ ਉਹ ਪੰਜਾਬ ਦੇ ਜਿਹੜੀ ਇਕਨੋਮੀ ਨੂੰ ਮਜ਼ਬੂਤ ਕਰਨ ਵਾਸਤੇ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਾਸਤੇ ਜਿਹੜੇ ਵਿੱਤੀ ਸਾਧਨਾਂ ਉਹ ਜਟਾਉਣਗੇ ਵਿੱਤੀ ਸਾਧਨਾਂ ਜਟਾਉਣਗੇ ਤੇ ਜਿਹੜੇ ਖਰਚੇ ਆ ਬੇਲੋੜੇ ਖਰਚੇ ਆ ਉਹਨਾਂ ਪਰ ਕੱਟ ਲਾਉਂਗੇ ਦੇਖੋ ਗੱਲ ਇਹ ਹੀ ਆ ਸਾਨੂੰ ਬੇਲੋੜੇ ਖਰਚਿਆਂ ਪਰ ਕੱਟ ਲਾਉਣ ਦੀ ਬਹੁਤ ਜ਼ਰੂਰਤ ਆ ਸਰਕਾਰ ਨੇ ਅਜਿਹੇ ਖਰਚੇ ਬਹੁਤ ਵਧਾਏ ਹੋਏ ਆ ਜਿਦੇ ਵਿੱਚ ਕਰੋੜਾਂ ਰੁਪਏ ਦੀ ਜਿਹੜੀ ਬਰਬਾਦੀ ਹੋ ਰਹੀ ਆ ਬਹੁਤ ਸਾਰੇ ਸਾਨੂੰ ਸਾਧਨਾ ਜਿਹੜੇ ਉਹ ਜਟਾਉਣੇ ਪੈਣਗੇ ਖਾਸ ਕਰਕੇ ਐਕਸੈਜ਼ ਦੇ ਵਿੱਚੋਂ ਮਾਈਨਿੰਗ ਦੇ ਵਿੱਚੋਂ ਟਰਾਂਸਪੋਰਟ ਦੇ ਵਿੱਚੋਂ ਕਈ ਡਿਪਾਰਟਮੈਂਟ ਜਿਹੜਾ ਰੈਵਨੂ ਆ ਰੈਵਨੂ ਡਿਪਾਰਟਮੈਂਟ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਆਪਣਾ ਰੈਵਨੂ ਜਨਰੇਟ ਹੁੰਦਾ ਮਾਲੀਆ ਇਕੱਤਰ ਹੁੰਦਾ ਮੈਂ ਗੱਲ ਐਡ ਕਰਦਾ ਕਿ ਆਪਕਾਰੀ ਡਿਪਾਰਟਮੈਂਟ ਦੇ ਨੇ ਉਹ ਪਾਲਿਸੀ ਦਾ ਸਮਾਂ ਤਿੰਨ ਮਹੀਨੇ ਹੋਰ ਵਧਾ ਦਿੱਤਾ ਹੈ ਦੇ ਕਿਤੇ ਕਿਤੇ ਉਹ ਜਿਹੜੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਚੱਲ ਰਹੀ ਸੀ ਕਿਤੇ ਸਰਕਾਰ ਉਸ ਵੱਲ ਤਾਂ ਨਹੀਂ ਵੱਧ ਰਹੀ ਉੱਥੇ ਵੀ ਜਿਆਦਾ ਸਿੱਧੂ ਸਾਹਿਬ ਵੀ ਗੱਲ ਕਰਦੇ ਹੁੰਦੇ ਸੀਗੇ ਵੀ ਉਹਦੇ ਨਾਲ ਰੈਵਨਿਊ ਵਧੂਗਾ ਤੇ ਫਿਰ ਦੂਸਰੇ ਪਾਸੇ ਲਾਇਆ ਨਹੀਂ ਨਹੀਂ ਬਿਲਕੁਲ ਸਰਕਾਰ ਉਸ ਪਾਸੇ ਵੱਧ ਰਹੀ ਹੈ ਵੀ ਜਦ ਤੱਕ ਕਾਰਪੋਰੇਸ਼ਨ ਬਣਾਈ ਜਾਊਗੀ ਜਾਂ ਫਿਰ ਇਹ ਵੀ ਚਰਚਾ ਹੋ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇੱਕ ਵਾਰੀ ਜਦੋਂ ਕੈਪਟਨ ਮਰਿੰਦਰ ਸਿੰਘ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸੀ ਤਾਂ ਉਦੋਂ ਕੈਪਟਨ ਮਰਿੰਦਰ ਸਿੰਘ ਨੇ ਇੱਕ ਇੱਕ ਠੇਕੇ ਦੀ ਬੋਲੀ ਕਰਵਾਈ ਤੀ ਦੇ ਇੱਕ ਇੱਕ ਠੇਕੇ ਦੀ ਬੋਲੀ ਕਰਵਾਈ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੇ ਦੋ ਉਹਦੇ ਨਾਲ ਕੀ ਹੋਇਆ ਬਹੁਤ ਸਾਰੇ ਪੰਜਾਬ ਦੇ ਵਿੱਚ ਠੇਕੇਦਾਰ ਪੈਦਾ ਹੋਏ ਮਤਲਬ ਨਵੇਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਜਿਹੜੇ ਪਿੰਡਾਂ ਦੇ ਵਿੱਚ 4 4 5 5 6 6 ਮੁੰਡੇ 2 2 ਮੁੰਡੇ ਇਕੱਠੇ ਹੋ ਕੇ ਉਹਨਾਂ ਨੇ ਵੀ ਇੱਕ ਇੱਕ ਠੇਕਾ ਲੈ ਲਿਆ ਸੀਗਾ ਬਹੁਤ ਲੋਕਾਂ ਨੇ ਐਦਾਂ ਰੁਜ਼ਗਾਰ ਕੀਤਾ ਤੇ ਉਹਦੇ ਵਿੱਚ ਜਿਹੜੇ ਇਹਨਾਂ ਨੇ ਟੋਕਨ ਬਣੀ ਪਹਿਲਾਂ 3000 ਰੁਪਏ ਰੱਖਿਆ ਫਿਰ 6000 ਰੁਪਏ ਕਰਤਾ ਪਰਚੀ ਫੀਸ ਉਹਦੇ ਨਾਲ ਹੀ ਸਰਕਾਰ ਨੂੰ ਕਰੋੜਾਂ ਰੁਪਏ ਜਿਹੜੇ ਉਹ ਜਮਾ ਹੋਏ ਸੀਗੇ ਇਕੱਤਰ ਹੋਏ ਸੀਗੇ ਇਸ ਕਰਕੇ ਹੁਣ ਫੇਰ ਬਾਤ ਚੁੱਕੀ ਹੋਇਆ ਕਿ ਜਿਹੜੇ ਵੱਡੇ ਬੰਦੇ ਤੇ ਉਹਨਾਂ ਨੇ ਕਹਿ ਜੀ ਛੱਡੋ ਜੀ ਇਹ ਤੁਸੀਂ ਛੱਡੋ ਅਫਸਰ ਵੀ ਇਹੀ ਚਾਹੁੰਦੇ ਹੁੰਦੇ ਆ ਕਿ ਉਹਨਾਂ ਨੂੰ 50 ਫਾਈਲਾਂ પર ਸਾਈਨ ਕਰਨ ਦੀ ਬਜਾਏ ਇੱਕ ਫਾਈਲ ਆ ਜਿਹੜੀ ਉਹਦੇ ਉੱਤੇ ਪਰ ਸਾਈਨ ਕਰਨੇ ਪੈ ਜਵੇ ਅਫਸਰਾਂ ਨੇ ਤੇ 141 ਹਿਸਾਬਕਤਾ ਉਹਨਾਂ ਨੇ ਹਾਂ 141 ਹਿਸਾਬਕਤਾਬ ਹੋ ਜਵੇ ਉਹਨਾਂ ਨੇ ਫਿਰ ਉਹ ਪਾਲਿਸੀ ਬਣਾਤੀ ਵੀ ਨਹੀਂ ਜੀ ਇਹਨੂੰ ਜ਼ਿਲ੍ਹਾ ਲੈਵਲ ਦਾ ਕਰ ਦਿਓ ਜੀ ਬਲਾਕ ਬਣਾ ਤੇ ਫਿਰ ਜ਼ਿਲ੍ਹੇ ਦੀ ਹੋਗੀ ਆਉਂਦੇ ਹੁੰਦੇ ਇਦਾਂ ਹੋ ਗਿਆ ਕਿ ਹੁਣ ਤਿੰਨ ਤਿੰਨ ਜ਼ਿਲ੍ਹਿਆਂ ਦਾ ਦੋ ਦੋ ਜ਼ਿਲ੍ਹਿਆਂ ਦਾ ਇਕੋ ਸਿਸਟਮ ਬਣ ਗਿਆ ਉਹਦੇ ਵਿੱਚ ਕੀ ਹੋ ਗਿਆ ਫਿਰ ਜਿਹੜੇ ਵੱਡੇ ਠੇਕੇਦਾਰ ਫਿਰ ਉਹ ਸਿੰਡੀਕੇਟ ਬਣਾਉਂਦੇ ਆ ਜਿਹੜੀ 300 ਰੁਪਏ ਦੀ दारू ਦੀ ਬੋਤਲ ਵੇਚਣੀ ਤੇ ਉਹ ਅੱਜ 600 ਰੁਪਏ ਦੀ ਮਿਲਦੀ ਆ ਫਿਰ ਉਹ ਚ ਬਲੈਕ ਵੀ ਹੁੰਦੀ ਆ ਉਹਦੇ ਵਿੱਚ ਦੋ ਨੰਬਰ ਦੇ ਵੀ ਆਉਂਦੀ ਆ ਵੱਡੇ ਪੱਧਰ ਤੇ ਗੱਲ ਹੁੰਦੀ ਆ ਮੈਨੂੰ ਲੱਗਦਾ ਹੈ ਕਿ ਸੇਮ ਇਦਾਂ ਹੀ ਹੋਣ ਉਹਨਾਂ ਨੂੰ ਜਿਹੜੇ ਇਕੱਲੇ ਇਕੱਲੇ ਠੇਕੇ ਦੀ ਨਿਲਾਮੀ ਕਰਨੀ ਚਾਹੀਦੀ ਆ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਤੇ ਕਿਤੇ ਨਾ ਕਿਤੇ ਜਿਹੜਾ ਇਹ ਜਿਹੜੀ ਪਿਓਰ ਆ ਆਪਾਂ ਡੁਪਲੀਕੇਟ ਦਾਰੂ ਪੇਂਟ ਤੋਂ ਵੀ ਲੋਕਾਂ ਨੂੰ ਉਹਨਾਂ ਸਿਹਤ ਮਿਲੇਗੀ ਇਸ ਕਰਕੇ ਇਹ ਸਪਾਸੇਬਲ ਸਰਕਾਰ ਨੂੰ ਸੋਚਣਾ ਪਵੇਗਾ ਹਾਂ ਜੇ ਕਿ ਲੱਗ ਰਿਹਾ ਵੀ ਸਰਕਾਰ ਆਪਣੀ ਅੰਡਰਟੇਕ ਕਰ ਸਕਦੀ ਹੈ ਠੀਕ ਹੈ ਨਾ ਦੇ ਕਾਰਪੋਰੇਸ਼ਨ ਬਣਾ ਲੈ ਜਾਂ ਕੋਈ ਹੋਰ ਜਿਹੜੀ ਪਹਿਲਾਂ ਗੱਲ ਚੱਲਦੀ ਰਹੀ ਸੀ ਹੁਣ ਆਪਾਂ ਜੇ ਬਾਇੰਡਿੰਗ ਦੀ ਗੱਲ ਕਰੀਏ ਮੈਨ ਦੇ ਵਿੱਚ ਹਰਜੋਤ ਬੈਂਸ ਸਪੈਸ਼ਲ ਤੌਰ ਤੇ ਉਹ ਜਿਹੜਾ ਚੱਲਿਆ ਆ ਰਿਹਾ ਖਾਸ ਜਿਹੜਾ ਜਿੱਥੇ ਜਿਆਦਾ ਭ੍ਰਸ਼ਟਾਚਾਰ ਗੰਡਿਆ ਜਾਂਦਾ ਅ ਤਖਵਾਈ ਜਾਜ ਤੋਂ ਕੈਪਟਨ ਸਾਹਿਬ ਵੀ ਦੇਖ ਕੇ ਕੁਝ ਕਾਰਵਾਈ ਕੀਤੀ ਹੁੰਦਾ ਰਿਜ਼ਲਟ ਕੋਈ ਨਹੀਂ ਚੰਨੀ ਸਾਹਿਬ ਵੀ ਉਸੇ ਰੀਚੋਂ ਦੇ ਆਉਂਦੇ ਆ ਉਹਦਾ ਵੀ ਰਿਜ਼ਲਟ ਕੋਈ ਨਹੀਂ ਨਿਕਲਿਆ ਹਾਲਾਂਕਿ ਉਹਨੇ ਉੱਥੇ ਜਾ ਕੇ ਵੀ ਕਿਹਾ ਜੀ ਕਿੰਨੇ ਪੈਸੇ ਵਿੱਚ ਵਿਕਦਾ ਰਿhta ਕੰਨ ਕੋਈ ਹੋਰ ਨਿਕਲੀ ਹਰਜੋਤ ਬੈਂਸ ਨੇ ਕੱਲ ਐਲਾਨ ਕੀਤਾ ਉਹਦਾ ਸੰਭਾਲਣ ਤੋਂ ਬਾਅਦ ਵੀ ਮੇਰੇ ਕੋਲੇ ਕੋਈ ਬੰਦਾ ਐਸਾ ਨਾ ਐਸਾ ਨਾ ਆਵੇ ਚਾਹੇ ਮੇਰੀ ਪਾਰਟੀ ਦਾ ਹੋਵੇ ਚਾਹੇ ਦੂਸਰੀ ਪਾਰਟੀ ਦਾ ਹੋਵੇ ਜਿਹੜਾ ਮਾਈਨਿੰਗ ਦੀ ਪੱਖਵਾਜੀ ਕਰਦਾ ਹੋਵੇ ਮਾਈਨਿੰਗ ਸਰਕਾਰ ਦੇ ਇਹਦੀ ਪ੍ਰਤੀ ਕੋਈ ਨਵੀਂ ਨੀਤੀ ਆ ਸਕਦੀ ਹੈ ਦੇਖੋ ਉਹਨਾਂ ਨੇ ਖੁਦ ਕਿਹਾ ਵੀ ਮੈਂ 6 ਮਹੀਨੇ ਦੇ ਵਿੱਚ ਪਾਲਿਸੀ ਬਣਾਵਾਵਾਂਗਾ ਹੁਣ 6 ਮਹੀਨੇ ਦੇ ਵਿੱਚ ਕਿਹੜੀ ਪਾਲਿਸੀ ਲੈ ਕੇ ਆਉਂਦੇ ਆ ਉਹ ਦੇਖਣ ਵਾਲੀ ਗੱਲ ਹੋਊਗੀ ਫਿਲਹਾਲ ਇਹੀ ਆਪਾਂ ਕਹਿ ਸਕਦੇ ਆ ਕਿ ਜਿਹੜੀ ਤਾਣੀ ਬਹੁਤ ਉਲਝੀ ਹੋਈ ਸੀ ਉਹ ਤਾਣੀ ਨੂੰ ਜਾਂ ਗੋਲ ਕੱਠ ਪਈ ਹੋਈ ਆ ਉਹਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਵੇਂ ਖੋਲੂਗੀ ਇਹ ਜਿਹੜੀ ਤਵਕਕੋ ਆ ਪੰਜਾਬ ਦੇ ਲੋਕਾਂ ਨੇ ਰੱਖੀ ਹੋਈ ਆ ਇਸ ਵਿਚਾਰ ਚਰਚਾ ਵਿੱਚ ਅਸੀਂ ਇਸ ਸਾਰਾਂਛ ਤੇ ਪਹੁੰਚੇ ਆ ਕਿ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਹੀ ਰਾਵਲ ਚਲਦੀ ਦਾ ਨਜ਼ਰ ਆ ਰਹੀ ਹੈ ਪਰ ਇਹ ਸਾਰੀਆਂ ਗੱਲਾਂ ਨੂੰ ਅਮਲ ਚ ਕਿਵੇਂ ਲਿਆਂਦਾ ਜਾ ਸਕਦਾ ਹੈ ਭ੍ਰਸ਼ਟਾਚਾਰ ਕਿਵੇਂ ਰੁਕਾਇਆ ਜਾ ਸਕਦਾ ਜਿਵੇਂ WhatsApp ਨੰਬਰ ਦੀ ਗੱਲ ਕਰੀਏ ਉਹ ਜਾਰੀ ਕਰ ਦਿੱਤਾ ਗਿਆ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਉਹਦਾ ਨਤੀਜਾ ਜ਼ੀਰੋ ਰਿਹਾ ਫਿਰ ਦੂਸਰੀ ਗੱਲ ਉਹ ਕਹੀ ਵੀ ਪਹਿਲਾਂ ਮੁੱਖ ਮੰਤਰੀਆਂ ਕੋਈ ਜਾਇਜ਼ ਤੋਂ ਉਪਰੋਂ ਦੇਖ ਕੇ ਮਾਈਨਿੰਗ ਦੀ ਗੱਲ ਰੋਕਣ ਦੀ ਗੱਲ ਕਰਦੇ ਸੀ ਕੋਈ ਹਲਾਕੇ ਚ ਜਾ ਕੇ ਵੀ ਕਰਦੇ ਸੀ ਪਰ ਹੁਣ ਹਰਜੋਤ ਬੈਂਸ ਜਿਹੜੇ ਮੰਤਰੀ ਨੇ ਉਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ 6 ਮਹੀਨਿਆਂ ਚ ਨਵੀਂ ਪਾਲਿਸੀ ਲਿਆ ਕੇ ਉਸ ਨੂੰ ਨੱਥ ਪਾਉਣਗੇ ਪਰ ਇੱਕ ਗੱਲ ਹੋਰ ਹੈ ਇਸ ਸਰਕਾਰ ਦੇ ਆਉਣ ਨਾਲ ਕਿਤਨੇ ਕਿਤੇ ਅਫਸਰਾਂ ਦੇ ਵਿੱਚ ਵੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਨਜ਼ਰ ਆ ਰਹੀ ਹੈ ਕਿ ਹੁਣ ਕਿਵੇਂ ਕੰਮ ਹੋਏਗਾ ਕਿਸ ਤਰੀਕੇ ਨਾਲ ਹੋਵੇਗਾ ਤੇ ਲੋਕਾਂ ਨੂੰ ਵੀ ਆਸ ਹੈ ਕਿ ਭ੍ਰਸ਼ਟਾਚਾਰ ਰੋਕ ਕੇ ਜਾਂ ਖਜ਼ਾਨਾ ਕਿਵੇਂ ਭਰਿਆ ਜਾਏਗਾ 2.80 ਲੱਖ ਤੋਂ ਜ਼ਿਆਦਾ ਦਾ ਕਰਜ਼ਾ 1000 ਕਰੋੜ ਤੱਕ ਕਰਜ਼ਾ ਪੰਜਾਬ ਸਿਰੋਕ ਵਿੱਚ ਲਹੇਗਾ ਫਿਰ 60 ਹਜ਼ਾਰ ਦੇ ਕਰੀਬ ਨੌਕਰੀਆਂ ਦੀ ਗੱਲ ਕਰ ਦਿੱਤੀ ਉਹਨਾਂ ਦੀ ਪਰਪਾਈ ਕਿਵੇਂ ਕੀਤੀ ਜਾਏਗੀ ਬਹੁਤ ਵੱਡੀਆਂ ਚੁਣੌਤੀਆਂ ਭਗਵੰਤ ਸਿੰਘ ਮਾਨ ਦੀ ਸਰਕਾਰ ਮੂਰੇ ਹੈਗੀ ਹੈ ਪਰ ਆਉਣ ਵਾਲੇ ਦਿਨਾਂ ਚ ਇਹ ਨੀਤੀਆਂ ਕਿਵੇਂ ਅਮਲ ਚਾਉਂਦੀਆਂ ਤੇ ਲੋਕਾਂ ਦੀ ਉਮੀਦਾਂ ਤੇ ਕਿੰਨੇ ਉੱਤਰਦੇ ਨੇ ਆਉਣ ਵਾਲੇ ਦਿਨਾਂ ਚ ਦੇਖਿਆ ਜਾਏਗਾ ਅਸੀਂ ਫਿਰ ਦੁਬਾਰਾ ਅੱਜ ਸ਼ੀਪਕ ਸਿੰਘ ਦੇ ਤੇ ਹੋਰ ਸਾਥੀਆਂ ਸਮੇਤ ਉਹਨਾਂ ਦੀ ਦੀਪਸ ਸੰਦਾਜ ਜੀ ਪੇਸ਼ ਕਰਦੇ ਆ ਨਮਨ ਕਰਦੇ ਆ ਤੇ ਕੱਲ ਫਿਰ ਇੱਕ ਨਵੇਂ ਮੁੱਦੇ ਦੇ ਨਾਲ ਪੇਸ਼ ਹੋਵਾਂਗੇ ਲਗਾਤਾਰ ਵੇਖਦੇ ਰਹੋ ਸਪੈਸ਼ਲ ਰਿਪੋਰਟ ਪੰਜਾਬ ਸਟਾਰਟ ਟੀਵੀ